ਸੁਣਦਾ ਕੋਈ ਗਰੀਬ ਹੈ ਕੋਈ ਭਿਖਾਰੀ ਹੈ ਤਾਂ ਉਸਨੂੰ ਅਸੀਂ ਝੁੱਗੀਆਂ ਛੱਤਾਂ ਜੋ ਪੋਸੀਬਲ ਹੈਲਪ ਹੁੰਦੀ ਹੈ ਉਹ ਅਸੀਂ ਬਣਾ ਕੇ ਦਿੰਦੇ ਹਾਂ ਕਰਕੇ ਦਿੰਦੇ ਹਾਂ। ਇੱਕ ਦੋ ਤਰੀਕ ਨੂੰ ਸਟਾਰਟ ਕੀਤਾ ਸੀਗਾ ਜੀ ਕੰਮ 1 ਅਗਸਤ ਨੂੰ ਅਤੇ 10 ਤਰੀਕ ਨੂੰ ਲਗਾਤਾਰ ਸਾਡੀਆਂ 4-5 ਝੁੱਗੀਆਂ ਸਾਡੀਆਂ ਜੋ ਬਣ ਚੁੱਕੀਆਂ ਨੇ। ਗਰੀਬਾਂ ਦੀ ਮਦਦ ਕੀ ਹੈ ਵੀਰ ਜੀ ਨੇ ਸਾਰੀ ਗਰ ਵਿਧਵਾ ਜਨਾਨੀ ਕੀ ਮਦਦ ਕਰ ਰਿਹਾ, ਸਭ ਕੋ ਰਾਸ਼ਨ ਪਾਣੀ ਦੇ ਰਿਹਾ, ਸਭ ਕੋ ਜੁੱਗੀ ਦੇ ਰੱਖੀ ਹੈ। ਚੜ੍ਹਦੀ ਕਲਾ ਟਾਈਮ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤੁਸੀਂ ਅਕਸਰ ਹੀ ਦੇਖਿਆ ਸੜਕਾਂ ਦੇ ਉੱਪਰ ਜਿਹੜੇ ਗਰੀਬ ਲੋਕ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ, ਕੋਈ ਘਰ ਬਾਰ ਨਹੀਂ ਹੁੰਦਾ, ਉਹ ਸੜਕਾਂ ਦੇ ਉੱਪਰ ਸੁੱਤੇ ਹੁੰਦੇ ਨੇ, ਪਰ ਕੁਝ ਅਜਿਹੇ ਇਨਸਾਨ ਵੀ ਨੇ ਜੋ ਇਹਨਾਂ ਦਾ ਖਿਆਲ ਰੱਖਦੇ ਨੇ। ਤੁਹਾਨੂੰ ਚਲ ਤਸਵੀਰਾਂ ਦਿਖਾ ਦਈਏ ਕਿਸ ਤਰ੍ਹਾਂ ਜਿਹੜੇ ਕੁਝ ਦਾਨੀ ਸੱਜਣ ਨੇ ਜੋ ਲਗਾਤਾਰ ਸੜਕਾਂ ਦੇ ਉੱਪਰ ਮੰਗਦੇ ਨੇ, ਉਹਨਾਂ ਕੋਲ ਰਿਹਾਇਸ਼ ਨਹੀਂ ਹੁੰਦੀ, ਪਰ ਸਰਕਾਰਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ, ਪਰ ਸਮਾਜ ਸੇਵੀ ਸੰਸਥਾ ਵੱਲੋਂ ਇਹਨਾਂ ਨੂੰ ਜਿਹੜਾ ਸਪੈਸ਼ਲ ਤੌਰ 'ਤੇ ਝੁੱਗੀਆਂ ਬਣਾ ਕੇ ਦਿੱਤੀਆਂ ਜਾ ਰਹੀਆਂ ਨੇ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਉਰੇ ਲੋਕ ਨੇ, ਜਿਸ ਤਰ੍ਹਾਂ ਲੋਕ ਮੰਗਦੇ ਨੇ। ਗੱਲ ਕੀਤੀ ਜਾਵੇ ਸੜਕਾਂ ਦੇ ਉੱਪਰ ਅਨੇਕਾਂ ਜਿਹੜਾ ਐਕਸੀਡੈਂਟ ਹੁੰਦੇ ਨੇ, ਜੋ ਐਕਸੀਡੈਂਟ ਦਾ ਕਾਰਨ ਵੀ ਜਿਹੜਾ ਮੰਗਣ ਵਾਲੇ ਲੋਕ ਹੀ ਬਣ ਜਾਂਦੇ ਨੇ, ਪਰ ਕੁਝ ਸਮਾਜ ਸੇਵੀ ਸੰਸਥਾ ਜਿਹੜੇ ਨੇ ਉਹ ਇਹਨਾਂ ਦੀ ਅੱਜ ਬਾਂਹ ਫਾੜ ਰਹੇ ਨੇ। ਤੁਸੀਂ ਦੇਖ ਸਕਦੇ ਹੋ ਪਹਿਲਾਂ, ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿਸ ਤਰ੍ਹਾਂ ਜਿਹੜਾ ਇਹਨਾਂ ਨੂੰ ਰਹਿਣ ਦੇ ਲਈ ਜਿਹੜਾ ਇੱਕ ਝੁੱਗੀ ਬਣਾ ਦਿੱਤੀ ਗਈ ਹੈ। ਤਕਰੀਬਨ ਇਸ ਏਰੀਆ ਦੇ ਵਿੱਚ 3-4 ਝੁੱਗੀਆਂ ਜਿਹੜੀਆਂ ਬਣਾ ਦਿੱਤੀਆਂ ਗਈਆਂ ਨੇ। ਪਰ ਖਰਚੇ ਦੀ ਗੱਲ ਕੀਤੀ ਜਾਵੇ, ਖਰਚਾ ਤਾਂ ਬੇਸ਼ੱਕ ਘੱਟ ਹੀ ਹੁੰਦਾ, ਪਰ ਇੱਕ ਹਿੰਮਤ ਜਜ਼ਬਾ ਵੀ ਸਭ ਤੋਂ ਜ਼ਰੂਰੀ ਹੈ। ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ। ਬਾਈ ਜੀ, ਕਿਸ ਤਰ੍ਹਾਂ ਤੁਸੀਂ ਇਹ ਤੁਹਾਡੇ ਦਿਮਾਗ ਦੇ ਵਿੱਚ ਆਇਆ ਅਤੇ ਕਿੰਨੀਆਂ ਕੁ ਝੁੱਗੀਆਂ ਬਣਾ ਦਿੱਤੀਆਂ ਅਤੇ ਪਟਿਆਲਾ ਸ਼ਹਿਰ ਦੇ ਵਿੱਚ ਕਿੰਨੀ ਕੁ ਚਿਰ ਤੋਂ ਜਿਹੜਾ ਤੁਸੀਂ ਕੰਮ ਕਰ ਰਹੇ ਹੋ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰੀ ਜਿਸ ਤਰ੍ਹਾਂ ਚੜ੍ਹਦੀ ਕਲਾ ਟਾਈਮ ਟੀਵੀ ਨੂੰ, ਮੇਰੇ ਟੀਮ ਨੂੰ, ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਹੈ ਜੀ। ਕਾਫੀ ਅਸੀਂ ਸਾਲ ਤੋਂ ਪੂਰਾ ਹੋ ਗਿਆ ਸਾਨੂੰ, ਅੱਜ ਵੀ ਜਿਹੜਾ ਅਸੀਂ ਲੋਕਾਂ ਦੀ ਸੇਵਾਵਾਂ ਦੇ ਵਿੱਚ ਸਾਡੀ ਪੂਰੀ ਦਸਵੰਧ ਦੀ ਟੀਮ ਵੱਲੋਂ ਜੋ ਕੀਤੇ ਜਾ ਰਹੇ ਨੇ ਕਾਰਜ ਉਪਰਾਲੇ, ਉਸੇ ਦੌਰਾਨ ਸਾਨੂੰ ਸੜਕਾਂ ਦੇ ਉੱਤੇ ਵੀ ਸਾਨੂੰ ਪਤਾ ਲੱਗਦਾ ਵੀ ਜਿਹੜੇ ਲੋਕ ਤੁਰਦੇ ਫਿਰਦੇ ਆ ਜਾਂ ਭੀਖ ਮੰਗਦੇ ਆ, ਅਤੇ ਮੈਂ ਉਹਨਾਂ ਨੂੰ ਅਕਸਰ ਪੁੱਛ ਹੀ ਲੈਂਦਾ ਵੀ ਤੁਸੀਂ ਕਿਸ ਮੁਸੀਬਤਾਂ ਦੇ ਵਿੱਚੋਂ ਨਿਕਲ ਰਹੇ ਹੋ ਜਾਂ ਕਿਸ ਤਰ੍ਹਾਂ ਦਾ ਤੁਹਾਡੇ ਜ਼ਿੰਦਗੀ 'ਚ ਕਿਸ ਤਰ੍ਹਾਂ ਸਰਵਾਈਵ ਕਰ ਰਹੇ ਹੋ। ਤਾਂ ਉਦੋਂ ਸਾਨੂੰ ਪਤਾ ਲੱਗਾ ਕਿ ਇੱਕ ਅੰਨਾ ਭਿਖਾਰੀ ਜੋ ਸੜਕ 'ਤੇ ਜਾ ਰਿਹਾ ਸੀ, ਮੈਂ ਉਸਨੂੰ ਪੁੱਛਿਆ ਕਿ ਵੀ ਮੈਨੂੰ ਦੱਸ, ਮੈਂ ਤੈਨੂੰ ਰੋਜ਼ਾਨਾ ਦੀ ਤਰ੍ਹਾਂ ਰਾਸ਼ਨ ਦੇ ਕੇ ਜਾਇਆ ਕਰਾਂਗਾ ਵੀ ਜਿਸ ਤਰ੍ਹਾਂ ਹਰ ਮਹੀਨੇ ਦੀ ਮਹੀਨੇ। ਤਾਂ ਉਸਨੇ ਮੈਨੂੰ ਕਿਹਾ ਵੀ ਮੇਰਾ ਕੋਈ ਟਿਕਾਣਾ ਨਹੀਂ ਹੈ ਜੀ, ਮੈਂ ਤਾਂ ਕਦੇ ਉੱਥੇ ਕਦੇ ਉੱਥੇ ਜਾਂ ਕਿਤੇ ਕਿਸੇ ਨਾ ਕਿਸੇ ਜਗ੍ਹਾ ਜਿੱਥੇ ਮਿਲਦੀ ਉੱਥੇ ਮੈਂ ਆਪਣੇ ਬੱਚਿਆਂ ਦੇ ਨਾਲ ਸੋ ਜਾਂਦਾ ਵੀ ਮੇਰੇ 2 ਬੇਟੇ ਸੀਗੇ ਉਹ ਮਰ ਗਏ ਆ ਅਤੇ 2 ਕੁੜੀਆਂ ਨੇ ਛੋਟੀ ਛੋਟੀਆਂ, ਮੈਂ ਉਹਨਾਂ ਦੇ ਸਹਾਰੇ ਮੰਗਣ ਜਾਂਦਾ ਸਾਰੇ ਸ਼ਹਿਰ 'ਚ ਅਤੇ ਮੇਰੀ ਘਰ ਵਾਲੀ ਵੀ, ਅਸੀਂ ਸਾਰਾ ਪਰਿਵਾਰ ਮੰਗ ਕੇ ਰੋਟੀ ਖਾਂਦੇ ਹਾਂ। ਤਾਂ ਮੈਂ ਉਹਦਾ ਟਿਕਾਣਾ ਦੇਖ ਕੇ ਗਿਆ ਵੀ ਇੱਥੇ ਪਾਰਕ ਦੇ ਵਿੱਚ ਥੱਲੇ ਸੁੱਤਾ ਹੁੰਦਾ ਸੀਗਾ ਟਰੈਕਟਰ ਮਾਰਕੀਟ ਦੇ ਨਾਲ ਬੰਨੇ ਦੇ ਉੱਤੇ। ਤਾਂ ਮੈਂ ਉਹਨਾਂ ਵਾਅਦਾ ਕਰਕੇ ਗਿਆ ਵੀ ਤੇਰੀਆਂ ਝੁੱਗੀਆਂ ਬਣਾਵਾਂਗਾ। ਉਸੇ ਟਾਈਮ ਮੌਕੇ 'ਤੇ ਕੁਝ ਵਿਧਵਾ ਔਰਤਾਂ, ਇਹ ਮੇਰੀ ਭੈਣ, ਇਹ ਵਿਧਵਾ ਆ, ਇਹ ਵਿਚਾਰੀ ਮੇਰੇ ਕੋਲ ਆ ਕੇ ਆਪਣਾ ਦੁੱਖ ਰੋਈ, ਇਹ ਜਜ਼ਬਾਤੀ ਹੋਈ। ਇਹਨੇ ਮੈਨੂੰ ਕਿਹਾ, ਕਹਿੰਦੀ ਜੀ ਅਸੀਂ ਵੀ 5-7 ਲੇਡੀਜ਼ ਜੋ ਔਰਤਾਂ ਆ, ਅਸੀਂ ਵਿਧਵਾ ਆ, ਅਤੇ ਸਾਡੀਆਂ ਵੀ ਝੁੱਗੀਆਂ ਦਾ ਪ੍ਰਬੰਧ ਕਰ ਦਿਓ, ਜਿੱਥੇ ਤੁਸੀਂ ਇਸ ਅੰਨੇ ਦੀ ਵੀ ਸੇਵਾ ਕਰਨ ਲੱਗੇ ਹੋ, ਮਦਦ ਕਰਨ ਲੱਗੇ ਹੋ, ਸਾਡੀ ਵੀ ਮਦਦ ਕਰ ਦਿਓ, ਸਾਨੂੰ ਵੀ ਲੋੜ। ਤਾਂ ਇਹ ਵੀ ਛੋਟੇ ਛੋਟੇ ਬੱਚਿਆਂ ਨੂੰ ਸੜਕਾਂ ਸੁਣਦੇ, ਤਾਂ ਇਹਨਾਂ ਦੀਆਂ ਤਕਰੀਬਨ ਅਸੀਂ ਦਿਨ ਰਾਤ 1 ਕਰਕੇ 10 ਕੁ ਦਿਨ ਸਾਨੂੰ ਲੱਗੇ ਆ, ਅਤੇ ਇਹਨਾਂ ਦੀਆਂ ਅਸੀਂ 4-5 ਝੁੱਗੀਆਂ ਜੋ ਅਸੀਂ ਤਿਆਰ ਕਰ ਦਿੱਤੀਆਂ ਨੇ, ਅਤੇ ਅੱਗੋਂ ਵੀ ਜਿਹੜੇ ਉਪਰਾਲੇ ਅਸੀਂ ਸਾਡੇ ਇਹੋ ਜਿਹੇ ਚੱਲ ਰਹੇ ਨੇ ਕਿ ਇਹ ਵਿਚਾਰਿਆਂ ਨੂੰ ਸਿਰ 'ਤੇ ਛੱਤ ਹੋ ਜਾਏ, ਅਤੇ ਹਰ ਮਹੀਨੇ ਦੀ ਤਰ੍ਹਾਂ ਇਹਨਾਂ ਨੂੰ ਰਾਸ਼ਨ ਵੀ ਦੇ ਕੇ ਗਏ ਹਾਂ, ਅਤੇ ਅੱਗੋਂ ਵੀ ਇਹਨਾਂ ਦਿੰਦੇ ਰਹਾਂਗੇ ਅਸੀਂ। ਆਪ ਖੁਸ਼ ਹੋ, ਆਪਕੋ ਰਹਿਣ ਕੇ ਲਈ ਜਗ੍ਹਾ ਮਿਲ ਗਈ? ਮਿਲ ਗਈ ਜੀ ਜਗ੍ਹਾ, ਗਰੀਬਾਂ ਦੀ ਮਦਦ ਕਰੀ ਹੈ, ਵਿਧਵਾ ਜਨਾਨੀ ਕੀ ਜੁੱਗੀ ਬਾਂਧ ਕੇ ਦੀਏ, ਰਾਸ਼ਨ ਪਾਣੀ ਦਿੱਤਾ, ਸਾਡੀ ਮਦਦ ਵੀਰ ਜੀ ਕਰ ਰਹੇ। ਪਹਿਲੇ ਆਪ ਕਹਾਂ ਸੋਤੇ ਥੇ? ਪਹਿਲੇ ਤੋਂ ਮੈਂ ਉਹ ਪੇੜ ਕੇ ਨੀਚੇ ਵਾਹੀ ਰੋਟੀ ਬਣਾਤੀ, ਵਾਹੀ ਰੋਟੀ ਖਾਤੀ, ਵਾਹੀ ਸੋਤੀ ਮੱਛਰਾਂ ਮੇ। ਵੀਰ ਜੀ ਕੋ ਦਇਆ ਆ ਗਈ, ਵੀਰ ਜੀ ਨੇ ਹਮਾਰੀ ਮਦਦ ਕੀਤੀ ਹੈ, ਜੁੱਗੀ ਦਿੱਤੀ ਹੈ, ਰਾਸ਼ਨ ਦਿੱਤਾ, ਸਭ ਕੁਛ ਕਰ ਰਿਹਾ, ਹੁਣ ਵੀ ਕਰਨੇ ਲੱਗ ਰਿਹਾ। ਸੁਰਦਾਸ ਕੀ ਵੀ ਮਦਦ ਕਰੀ, ਸੁਰਦਾਸ ਪਾਰਕ ਮੈਂ ਪੜ ਰਿਹਾ ਸੀ ਰਾਤ ਦਿਨ ਮੱਛਰੋਂ ਮੇ ਗਰਮੀ ਮੇ। ਬੱਚੇ ਆਪਕੇ ਸਾਥ ਜੋ ਇਸਮੇ? ਇਹੀ ਹੈ ਮੇਰਾ। ਅੱਛਾ, ਆਪ ਖੁਸ਼ ਹੋ ਜੋ ਜੁੱਗੀ ਬਣਾ ਕਰ ਦੀ ਆ? ਹਾਂਜੀ ਹਾਂਜੀ, ਖੁਸ਼ ਹੈ ਬਿਲਕੁਲ। ਚਲੋ ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੇਖਿਆ ਗਰੀਬਾਂ ਦਾ ਜਿਹੜਾ ਸਹਾਰਾ ਬਣੇ ਨੇ, ਤਕਰੀਬਨ ਜਿਹੜਾ ਆਪਾਂ ਨੂੰ ਜਿਹੜਾ ਲੋੜਵੰਦਾਂ ਜਿਹੜੀ ਹੈ ਮਦਦ ਕਰਨੀ ਚਾਹੀਦੀ ਹੈ। ਤੁਹਾਨੂੰ ਤਸਵੀਰਾਂ ਇੱਕ ਵਾਰੀ ਦਿਖਾ ਦਈਏ, ਇਹ ਝੁੱਗੀਆਂ ਜਿਹੜੀਆਂ ਨੇ ਪਟਿਆਲਾ ਦੇ ਵਿੱਚ ਜਿਹੜਾ ਅਲੱਗ ਅਲੱਗ ਜਗ੍ਹਾ 'ਤੇ ਜਿਹੜੀ ਹੈ ਬਣਾ ਰਹੇ ਨੇ, ਇਹਨਾਂ ਸੰਸਥਾ ਵੱਲੋਂ ਬਹੁਤ ਸ਼ਲਾਘਾਯੋਗ ਕਦਮ ਹੈ। ਸੋ ਸਾਨੂੰ ਜਿਹੜਾ ਆਪਣੇ ਦਸਵੰਧ ਤੋਂ ਜਿਹੜਾ ਕੁਝ ਹਿੱਸਾ ਕੱਢ ਕੇ ਜਿਹੜਾ ਇਹਨਾਂ ਲੋੜਵੰਦਾਂ ਨੂੰ ਜਿਹੜਾ ਲਗਾਉਣਾ ਚਾਹੀਦਾ, ਤਾਂ ਜੋ ਇਹ ਲੰਬੇ ਸਮੇਂ ਜਿਹੜਾ ਕਾਰਜ ਕਰ ਰਹੇ ਨੇ, ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਪਹਿਲਾਂ ਵੀ ਜਿਹੜੇ ਤੁਹਾਨੂੰ ਇੱਕ ਸਟੋਰੀ ਦਿਖਾਈ ਸੀ, ਇੱਕ ਬਜ਼ੁਰਗ ਜੀ ਇਹਨਾਂ ਨੇ ਸੇਵਾ ਕੀਤੀ ਸੀ, ਅੱਜ ਜਿਹੜੇ ਨੇ ਇਹ ਜਿਹੜੇ ਲੋੜਵੰਦ ਨੇ, ਜਿਸ ਤਰ੍ਹਾਂ ਜਿਹੜਾ ਸੜਕਾਂ ਦੇ ਉੱਪਰ ਸੌਂਦੇ ਨੇ, ਉਹਨਾਂ ਕੋਲ ਕੋਈ ਕਾਰ ਨਹੀਂ ਹੁੰਦਾ, ਪਰ ਇਹਨਾਂ ਨੇ ਜਿਹੜਾ ਅੱਜ ਉਹਨਾਂ ਦੀ ਬਾਂਹ ਫੜੀ ਹੈ। ਸੋ ਚੜ੍ਹਦੀ ਕਲਾ ਟਾਈਮ ਟੀਵੀ ਇਹਨਾਂ ਦੇ ਜਿਹੜਾ ਕੰਮ ਨੂੰ ਜਿਹੜਾ ਸਲੂਟ ਕਰਦੀ ਹੈ। ਪਟਿਆਲਾ ਤੋਂ ਕੈਮਰਾਮੈਨ ਬਲਵੰਤ ਖੱਤਰੀ ਦੇ ਨਾਲ ਅਮਰਜੀਤ ਸਿੰਘ ਦੀ ਰਿਪੋਰਟ, ਚੜ੍ਹਦੀ ਕਲਾ ਟਾਈਮ ਟੀਵੀ।